ਮਲੇਰਕੋਟਲਾ ਦੁਲਮਾ ਰੋਡ 'ਤੇ ਸਥਿਤ ਮੁਹੱਲਾ ਬਸਤੀ ਵਾਲਾ ਵਿਖੇ ਇੱਕ ਤਬੇਲੇ ਵਿੱਚ ਉਸ ਸਮੇਂ ਖਲਬਲੀ ਮੱਚ ਗਈ ਜਦੋਂ ਸਵੇਰ ਸਮੇਂ ਇੱਕ ਤੋਂ ਬਾਅਦ ਇੱਕ ਮੱਝਾਂ ਅਤੇ ਗਊਆਂ ਜ਼ਮੀਨ 'ਤੇ ਡਿੱਗ ਕੇ ਮਰਨ ਲੱਗੀਆਂ। ਮੌਕੇ 'ਤੇ ਜਾ ਕੇ ਪਤਾ ਚੱਲਿਆ ਕਿ ਉਕਤ ਤਬੇਲੇ ਜਿੱਥੇ ਕਿ ਕਰੀਬ 125 ਮੱਝਾਂ ਅਤੇ ਗਊਆਂ ਰੱਖੀਆਂ ਸਨ, ਉਸ ਵਿੱਚ ਕੋਈ ਜ਼ਹਿਰੀਲੀ ਚੀਜ਼ ਮਿਲ ਜਾਣ ਦੇ ਕਾਰਨ ਉਕਤ ਹਾਦਸਾ ਵਾਪਰਿਆ। ਤਬੇਲਾ ਮਾਲਕ ਮੁਹੰਮਦ ਸ਼ਮਸ਼ਾਦ ਉਰਫ ਪੌਂਟਿੰਗ ਦੇ ਦੱਸਣ ਅਨੁਸਾਰ ਅਚਾਨਕ ਪੇਸ਼ ਆਏ ਉਕਤ ਹਾਦਸੇ ਕਾਰਨ ਉਹ ਇੱਕਦਮ ਘਬਰਾ ਗਏ ਅਤੇ ਆਸ ਪਾਸ ਦੇ ਲੋਕਾਂ ਦੀ ਮਦਦ ਦੇ ਨਾਲ 50 ਦੇ ਕਰੀਬ ਮੱਝਾਂ ਜੋ ਕਿ ਮਰਨ ਕਿਨਾਰੇ ਸਨ ਨੂੰ ਗੱਡੀਆਂ 'ਚ ਲੱਦ ਕੇ ਡੇਰਾਬਸੀ ਭੇਜਿਆ ਗਿਆ, ਜਦੋਂ ਕਿ ਤਬੇਲੇ ਵਿੱਚ 30 ਗਊਆਂ ਮਰ ਚੁੱਕੀਆਂ ਨੇ ਅਤੇ ਬਾਕੀ ਬਚੀਆਂ 20 ਗਊਆਂ ਆਪਣੇ ਆਖਰੀ ਸਾਹ ਗਿਣ ਰਹੀਆਂ ਨੇ। ਉਹਨਾਂ ਅਨੁਸਾਰ ਜ਼ਹਿਰੀਲੀ ਚੀਜ਼ ਕਿਵੇਂ ਮਿਲੀ ਇਸ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ। ਉਹਨਾਂ ਇਹ ਜ਼ਰੂਰ ਮੰਨਿਆ ਕਿ ਜ਼ਹਿਰੀਲੀ ਚੀਜ਼ ਬਹੁਤ ਤੇਜ਼ ਸੀ, ਕਿ ਡਾਕਟਰੀ ਟੀਮਾਂ ਵੱਲੋਂ 2 ਲੱਖ ਰੁਪਏ ਦੇ ਟੀਕੇ ਅਤੇ ਦਵਾਈਆਂ ਵਰਤਣ ਦੇ ਬਾਵਜੂਦ ਵੀ ਕੋਈ ਪਸ਼ੂ ਠੀਕ ਨਹੀਂ ਹੋ ਸਕਿਆ। ਸ਼ਮਸ਼ਾਦ ਦੇ ਅਨੁਸਾਰ ਉਹਨਾਂ ਕਰੀਬ 40 ਤੋਂ 50 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ। ਇਸ ਸੰਬੰਧੀ ਫੋਨ 'ਤੇ ਹੋਈ ਗੱਲਬਾਤ ਵਿੱਚ ਸਹਾਇਕ ਡਾਇਰੈਕਟਰ ਪਸ਼ੂ ਵਿਭਾਗ GK ਗੋਇਲ ਨੇ ਦੱਸਿਆ ਕਿ ਲੁਧਿਆਣਾ ਅਤੇ ਜਲੰਧਰ ਦੀਆਂ ਟੀਮਾਂ ਉਕਤ ਖੁਰਾਕ ਅਤੇ ਪਸ਼ੂਆਂ ਦੇ ਸੈਂਪਲ ਲੈ ਕੇ ਗਈਆਂ ਨੇ, ਜਿਨ੍ਹਾਂ ਦੀ ਰਿਪੋਰਟ ਆਉਣ ਦੇ ਉਪਰੰਤ ਪੱਕੇ ਤੌਰ 'ਤੇ ਕੁਝ ਕਿਹਾ ਜਾ ਸਕਦਾ। ਉਹਨਾਂ ਇਹ ਜ਼ਰੂਰ ਕਿਹਾ ਕਿ ਤਬੇਲੇ ਵਾਲਿਆਂ ਵਿੱਚ ਜ਼ਿਆਦਾ ਮੁਨਾਫਾ ਕਮਾਉਣ ਦੇ ਚੱਕਰ ਵਿੱਚ ਘਟੀਆ ਅਤੇ ਸਸਤੇ ਕਿਸਮ ਦੀ ਖੁਰਾਕ ਬੇਜਵਾਨ ਪਸ਼ੂਆਂ ਨੂੰ ਪਾਉਂਦੇ ਨੇ, ਜਿਸ ਕਾਰਨ ਇਸ ਤਰ੍ਹਾਂ ਦੇ ਹਾਦਸੇ ਸਾਹਮਣੇ ਆਉਂਦੇ ਨੇ। ਦੂਜੇ ਪਾਸੇ ਤਬੇਲਾ ਮਾਲਕ ਸ਼ਮਸ਼ਾਦ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਸਾਰਾ ਕਾਰੋਬਾਰ ਤਬਾਹ ਹੋ ਗਿਆ, ਇਸ ਲਈ ਉਹਨਾਂ ਦੀ ਮਾਲੀ ਮਦਦ ਕੀਤੀ ਜਾਵੇ ਕਿ ਉਹ ਫਿਰ ਤੋਂ ਆਪਣਾ ਕਾਰੋਬਾਰ ਸ਼ੁਰੂ ਕਰ ਸਕਣ। ਮੇਰਾ ਨਾਮ ਜੀ ਮੁਹੰਮਦ ਸ਼ਮਸ਼ਾਦ, ਇਹ ਮੇਰੇ ਚਾਚਾ ਜੀ ਦਾ ਤਬੇਲਾ ਸੀਗਾ, ਅਸੀਂ ਇਕੱਠੇ ਹੀ ਰਹਿੰਦੇ ਹਾਂ। 106 ਡੰਗਰ ਸੀਗੇ ਜੀ ਟੋਟਲ, 56 ਗਾਵਾਂ ਅਤੇ 50 ਮੱਝਾਂ ਸੀਗੀਆਂ। ਠੀਕ ਹੈ। ਜਦੋਂ ਅਸੀਂ ਰਾਤ ਨੂੰ ਧਾਰਾਂ ਕੱਢਣ ਆਏ ਤਾਂ ਦਾਣਾ ਪਾ ਕੇ ਲੱਗੇ ਤਾਂ ਇੱਕ ਦੂਏ ਦੇ ਉੱਪਰ ਹੀ ਗਿਰਨ ਲੱਗ ਗਈਆਂ, ਤਾਂ ਹਜੇ ਤੱਕ 3 ਦਿਨ ਹੋ ਗਏ ਪਤਾ ਨਹੀਂ ਲੱਗਿਆ, ਰਿਪੋਰਟ ਗਈ ਹੋਈ ਆ, ਰਿਪੋਰਟ ਆਈ ਨਹੀਂ ਹੈਗੀ ਟੈਸਟ ਵਾਸਤੇ, ਪਤਾ ਨਹੀਂ ਚੱਲ ਰਿਹਾ ਵੀ ਦਾਣੇ ਦੇ ਵਿੱਚ ਸੀਗਾ ਜਾਂ ਰੋਟੀਆਂ ਦੇ ਵਿੱਚ ਸੀਗਾ ਜਾਂ ਕੋਈ ਜਾਣ ਬੁੱਝ ਕੇ ਕਰਕੇ ਗਿਆ। ਜਿਹਦੇ ਵਿੱਚੋਂ 30 ਡੰਗਰ ਰਹਿ ਗਏ, ਬਾਕੀ ਸਾਰੇ ਮਰ ਗਏ। 50 ਅਸੀਂ ਦੇਹਰਾਬਸੀ ਭੇਜੀਆਂ ਸੀ, ਉਹ ਵੀ ਮਰਨ ਦੀ ਹਾਲਤ 'ਚ ਸੀਗੀਆਂ, ਬਾਕੀ ਉਰੇ ਗਾਵਾਂ ਸੀਗੀਆਂ 56 ਗਾਵਾਂ ਨੂੰ ਕੋਈ ਚੱਕਦਾ ਨਹੀਂ ਸੀਗਾ, ਇਹਨਾਂ ਵਿੱਚੋਂ ਵੀ 20 ਮਰ ਗਈਆਂ ਅਤੇ ਆ ਬਾਕੀ 30-35 ਨੇ ਵੀ ਮਰਨ ਦੀ ਹਾਲਤ 'ਚ ਨੇ। ਡਾਕਟਰਾਂ ਨੇ ਵੀ ਜਵਾਬ ਦਿੱਤਾ, ਕਹਿੰਦੇ ਵੀ ਕੋਈ ਹੱਲ ਨਹੀਂ ਲੱਭ ਰਿਹਾ ਹੈਗਾ। ਬਹੁਤ ਕੋਸ਼ਿਸ਼ ਕੀਤੀ ਆ, ਬਹੁਤ ਦਵਾਈਆਂ ਲਾਈਆਂ, ਗੁਲੂਕੋਜ਼ ਵਗੈਰਾ ਲਾਇਆ, ਡਾਕਟਰਾਂ ਦੀਆਂ ਟੀਮਾਂ ਜਲੰਧਰ ਤੋਂ ਵੀ ਆਈਆਂ, ਲੁਧਿਆਣੇ ਤੋਂ ਵੀ। ਲਗਭਗ ਕਿੰਨਿਆਂ ਨੁਕਸਾਨ ਹੋ ਗਿਆ? ਹੋ ਗਿਆ ਜੀ 40-50 ਲੱਖ ਦੇ ਵਿੱਚ ਅਸੀਂ ਹਿਸਾਬ ਲਾ। ਹੁਣ ਤੁਹਾਡੀ ਕੀ ਡਿਮਾਂਡ ਹੈ? ਮਤਲਬ ਸਾਡੀ ਡਿਮਾਂਡ ਇਹੀ ਆ ਵੀ ਜੇ ਕੁਛ ਹੋ ਜਾਵੇ ਤਾਂ ਹੈਲਪ ਤਾਂ ਵਧੀਆ ਗੱਲ ਹੈ ਜੀ, ਦੁਬਾਰਾ ਕੰਮ ਕਰਦੇ ਹੋ ਜਾਵਾਂਗੇ, ਕਿਉਂਕਿ 1-1.5 ਲੱਖ ਜਿਹੜਾ ਪੱਲੇ ਸੀਗਾ ਉਹਦੀਆਂ ਮੈਡੀਸਨ ਵਗੈਰਾ ਆ ਗਈ, ਦਵਾਈਆਂ ਆ ਗਈਆਂ, ਬਹੁਤ ਜ਼ਿਆਦਾ ਨੁਕਸਾਨ ਹੋ ਗਿਆ। ਮਲੇਰਕੋਟਲਾ ਤੋਂ ਕੈਮਰਾਮੈਨ ਮੁਹੰਮਦ ਕਾਜ਼ਮ ਦੇ ਨਾਲ ਸ਼ਾਹ ਜਵੈਰੀ ਦੀ ਰਿਪੋਰਟ।